ਚਲੋ ਜੀ, ਤੁਹਾਡਾ ਨੈਕਸਟ ਟੌਪਿਕ ਹੈਗਾ ਬਜਟ ਲਾਈਨ। ਵੈਸੇ ਮੋਸਟਲੀ ਤੁਹਾਨੂੰ ਕੁਐਸਚਨ ਜਿਹੜਾ ਆਉਂਦਾ 2 ਨੰਬਰ ਦੇ ਵਿੱਚ ਇਹ ਆਉਂਦਾ ਹੈਗਾ, ਬਜਟ ਲਾਈਨ ਕੀ ਹੈਗੀ। ਬਜਟ ਲਾਈਨ ਦਾ ਮੀਨਿੰਗ ਹੁੰਦਾ ਜਦੋਂ ਕੋਈ ਪਰਸਨ ਆਪਣੀ ਇਨਕਮ ਦੇ ਉੱਪਰ ਕੋਈ ਵੀ ਚੀਜ਼ ਖਰੀਦ ਸਕਦਾ, ਜ਼ਰੂਰੀ ਨਹੀਂ ਇੱਕ ਤੋਂ ਜ਼ਿਆਦਾ ਚੀਜ਼ ਖਰੀਦ ਸਕਦਾ, ਉਹਨੂੰ ਅਸੀਂ ਕਹਿੰਦੇ ਹਾਂ ਬਜਟ ਲਾਈਨ। ਮੰਨ ਲਈ ਤੁਹਾਡੇ ਕੋਲ ਬਜਟ ਫਿਕਸ ਹੁੰਦਾ, ਤੁਹਾਡੇ ਕੋਲ ਇਨਕਮ ਜਿਵੇਂ ਇੱਕ ਤਰ੍ਹਾਂ ਦੀ ਫਿਕਸ ਹੈ, ਤੁਸੀਂ ਉਸ ਦੇ ਵਿੱਚ ਕਿੰਨੀ ਚੀਜ਼ਾਂ ਖਰੀਦ ਸਕਦੇ ਹੋ, ਉਹਨੂੰ ਅਸੀਂ ਕਹਿੰਦੇ ਹੈਗੇ ਬਜਟ ਲਾਈਨ। ਇਗਜ਼ਾਮਪਲ ਦੇ ਫਿਰ ਉਹਨਾਂ ਨੇ ਮੀਨਿੰਗ ਕੀ ਲਿਖਿਆ ਹੈਗਾ ਤੁਹਾਡਾ ਬਜਟ ਲਾਈਨ ਇਨ ਆਲਸੋ ਨੋਨ ਐਂਡ ਦੀ ਪ੍ਰਾਈਸ ਲਾਈਨ, ਪੋਸੀਬਿਲਟੀ ਲਾਈਨ ਔਰ ਦੀ ਪ੍ਰਾਈਸ ਓਪਰਚੁਨਿਟੀ ਲਾਈਨ। ਇਸ ਲਾਈਨ ਨੂੰ ਤੁਹਾਨੂੰ ਦੋ ਤਿੰਨ ਹਿਸਾਬ ਨਾਲ ਵੀ ਲਿਖ ਕੇ ਦੱਸ ਸਕਦੇ ਨੇ ਵੀ ਜਾਂ ਫਿਰ ਬਜਟ ਲਾਈਨ ਕੀ ਹੁੰਦੀ ਹੈ, ਪ੍ਰਾਈਸ ਲਾਈਨ ਕੀ ਹੁੰਦੀ ਹੈ, ਪੋਸੀਬਿਲਟੀ ਲਾਈਨ ਕੀ ਹੁੰਦੀ ਹੈ, ਜਾਂ ਫਿਰ ਓਪਰਚੁਨਿਟੀ ਲਾਈਨ। ਇਹ ਸਾਨੂੰ ਫਿਕਸ ਹੁੰਦਾ ਵੀ ਸਾਡੇ ਕੋਲ ਇੱਕ ਤਰ੍ਹਾਂ ਦੇ ਅਸੀਂ ਕੁਛ ਵੀ ਖਰੀਦ ਸਕਦੇ ਹਾਂ, ਉਹਦੇ ਲਾਈਨ ਦੇ ਫਿਕਸ ਅਕੋਰਡਿੰਗ ਸਾਡੇ ਕੋਲ ਜਿੰਨੀ ਇਨਕਮ ਹੋਏਗੀ ਅਸੀਂ ਕਿੰਨੀਆਂ ਗੁੱਡਸ ਖਰੀਦ ਸਕਦੇ ਹਾਂ। ਇਗਜ਼ਾਮਪਲ ਇਹਨਾਂ ਦਿੱਤੀ ਹੈ, ਦੇਖੋ ਇਟ ਰੀਪ੍ਰਜੈਂਟ ਡਿਫਰੈਂਟ ਕੰਬੀਨੇਸ਼ਨ ਆਫ ਟੂ ਗੁੱਡਸ ਐਕਸ ਐਂਡ ਵਾਈ ਵਿਚ ਦੀ ਕੰਜ਼ਿਊਮਰ ਕੈਨ ਬਾਏ ਬਾਈ ਸਪੈਂਡਿੰਗ ਆਲ ਹਿਜ਼ ਇਨਕਮ। ਤੁਹਾਡੇ ਕੋਲ ਆਪਸ਼ਨ ਆ ਜਾਂਦੀ ਹੈਗੀ ਹੈ, ਤੁਸੀਂ ਐਕਸ ਐਂਡ ਵਾਈ ਗੁੱਡਸ ਖਰੀਦ ਸਕਦੇ ਹੋ, ਆਪਣੀ ਇਨਕਮ ਸਾਰੀ ਲਗਾ ਕੇ ਕਿੰਨੀ ਕਿੰਨੀ ਖਰੀਦ ਸਕਦੇ ਹੋ। ਇਗਜ਼ਾਮਪਲ ਇੱਕ ਕੰਜ਼ਿਊਮਰ ਹੈਵਿੰਗ 1200 ਐਜ਼ ਏ ਇਨਕਮ, ਇੱਕ ਕੰਜ਼ਿਊਮਰ ਹੈਗਾ ਉਹਦੇ ਕੋਲ 1200 ਰੁਪਏ ਇਨਕਮ ਹੈ, ਕੈਨ ਬਾਏ 600 ਯੂਨਿਟਸ ਬਾਏ ਆਫ ਵਾਈ ਐਟ ਰੁਪੀਸ 2 ਪਰ ਯੂਨਿਟਸ ਐਂਡ 300 ਯੂਨਿਟਸ ਆਫ ਐਕਸ ਐਟ ਪਰ ਯੂਨਿਟਸ। ਜਾਂ ਤਾਂ ਉਹ 600 ਯੂਨਿਟਸ ਖਰੀਦ ਸਕਦਾ 2 ਰੁਪਏ ਦੇ ਹਿਸਾਬ ਨਾਲ ਜਿਹੜੀਆਂ ਵਾਈ ਗੁੱਡਸ ਹੈਗੀਆਂ ਨੇ, ਜਾਂ ਫਿਰ ਉਹ ਐਕਸ ਗੁੱਡਸ ਖਰੀਦ ਸਕਦਾ 300, ਉਹਦੀ ਕੀਮਤ 4 ਰੁਪਏ ਹੈ। ਤਾਂ ਉਹਦੇ ਕੋਲ ਕੀ ਹੈ, ਅਲੱਗ ਅਲੱਗ ਕੰਬੀਨੇਸ਼ਨ ਹੈਗੇ ਨੇ, ਕੋਈ ਵੀ ਖਰੀਦ ਸਕਦਾ ਹੈਗਾ, ਜਾਂ ਤਾਂ ਇੱਕੋ ਚੀਜ਼ ਖਰੀਦ ਲੂਗਾ ਜਾਂ ਫਿਰ ਦੋਨੋਂ ਵੀ ਕੁਛ ਕੁਛ ਖਰੀਦਿਆ, ਦੋਨੋਂ ਵੀ ਖਰੀਦ ਸਕਦਾ ਹੈਗਾ। ਤਾਂ ਉਹਦੇ ਵਿੱਚ ਕੁਛ ਵੀ ਓਪਰਚੁਨਿਟੀ ਤੁਹਾਨੂੰ ਫਿਕਸ ਹੋ ਜਾਂਦੀ ਵੀ ਇਹਦੇ ਪੋਸੀਬਿਲਟੀ ਤੁਹਾਨੂੰ ਮਿਲ ਸਕਦੀ ਹੈ, ਜਾਂ ਫਿਰ ਕੰਬੀਨੇਸ਼ਨ ਵੀ ਤੁਹਾਡੇ ਕੋਲ ਆ ਸਕਦਾ ਹੈ, ਜਾਂ ਅਲੱਗ ਅਲੱਗ ਤੁਸੀਂ ਸਬਸਟੀਟਿਊਟ ਗੁੱਡਸ ਖਰੀਦਣੇ ਤਾਂ ਉਹ ਵੀ ਖਰੀਦ ਸਕਦੇ ਹੋਗੇ ਆ। ਲੇਕਿਨ ਇੱਕ ਬਜਟ ਪਹਿਲਾਂ ਤੋਂ ਫਿਕਸ ਹੁੰਦਾ ਵੀ ਤੁਹਾਡੇ ਕੋਲ ਜਿਹੜੀ ਇਨਕਮ ਹੈ ਉਹ ਇੰਨੀ ਕੀ ਹੈ। ਮੰਨ ਲਓ ਤੁਸੀਂ ਮਾਰਕੀਟ 'ਚ 5000 ਲੈ ਕੇ ਗਏ, ਤੁਹਾਡੇ ਕੋਲ 5000 ਹੀ ਲੈਣੇ ਆ, ਉਹ ਨਹੀਂ ਮਾਰਕੀਟ ਜਾਂਦੇ ਆ ਸੋਚੋ ਮੈਨੂੰ ਲੱਭ ਜਾਣਗੇ ਤਾਂ ਵੱਜ ਜਾਣਗੇ, ਏਦਾਂ ਦਾ ਕੁਛ ਨਹੀਂ ਹੋਣਾ ਹੈਗਾ। ਉਹ ਬਜਟ ਪਹਿਲਾਂ ਤੋਂ ਹੀ ਫਿਕਸ ਅਸੀਂ ਕਰਕੇ ਚੱਲਦੇ ਹੈਗੇ ਆ। ਓਪਰਚੁਨਿਟੀ ਕਦੋਂ ਮਿਲਦੀ ਹੈਗੀ ਸਾਨੂੰ, ਜਾ ਕੇ ਮਾਰਕੀਟ ਦੇ ਵਿੱਚ ਜਾ ਕੇ ਮਿਲਦੀ ਹੈਗੀ ਆ, ਕਿਉਂਕਿ ਅਸੀਂ ਪਹਿਲਾਂ ਕੁਛ ਸੋਚ ਕੇ ਗਏ ਉਹ ਤਾਂ ਸਾਨੂੰ ਪਤਾ ਸੀ ਅਸੀਂ ਇੰਨੇ ਦਾ ਲੈਣਾ ਹੈਗਾ। ਮਾਰਕੀਟ ਜਾ ਕੇ ਓਪਰਚੁਨਿਟੀ ਨਿਕਲ ਕੇ ਆ ਜਾਣਗੀਆਂ, ਜਾਂ ਅਲੱਗ ਅਲੱਗ ਕੰਡੀਸ਼ਨ ਨਿਕਲ ਕੇ ਆ ਜਾਣਗੀਆਂ, ਤੁਸੀਂ ਇੰਨੀ ਅਮਾਊਂਟ ਦੇ ਵਿੱਚ ਕੀ ਖਰੀਦ ਸਕਦੇ ਹੋ। ਅਗਰ ਇਹਦਾ ਗ੍ਰਾਫ ਬਣਾਉਣਾ ਤਾਂ ਸਿੰਪਲ ਉਸ ਤਰ੍ਹਾਂ ਬਣਾ ਸਕਦੇ ਹਾਂ ਵੀ ਇਹਨਾਂ ਨੀਚੇ ਐਕਸ ਗੁੱਡਸ ਲਿਖਦੇ ਹਾਂ, ਥੱਲੇ ਵਾਈ ਗੁੱਡਸ ਲਿਖਦੇ ਹਾਂ। ਜਿੰਨੀਆਂ ਗੁੱਡਸ ਅਸੀਂ ਜਿੰਨੀ ਖਰੀਦ ਸਕਦੇ ਸੀਗੇ, ਜਿਵੇਂ ਆਪਣੀ ਵਾਈ ਗੁੱਡਸ ਸੀਗੀਆਂ ਅਸੀਂ ਉਹਨਾਂ ਲਿਖਿਆ 600 ਖਰੀਦ ਸਕਦੇ ਤਾਂ 600 ਦੇ ਪੁਆਇੰਟ ਲਗਾਇਆ, ਐਕਸ ਗੁੱਡਸ ਸੀਗੀਆਂ 300 ਖਰੀਦ ਸਕਦੇ ਤਾਂ ਦੋਨਾਂ ਦੇ ਵਿੱਚ ਲਾਈਨ ਖਿੱਚਤੀ। ਜਿਹੜੀ ਉਹ ਲਾਈਨ ਹੈਗੀ ਉਹ ਕਿਹੜੀ ਲਾਈਨ ਹੈਗੀ ਹੈ, ਬਜਟ ਲਾਈਨ। ਠੀਕ ਹੈ ਜੀ, ਇਹ ਕੁਐਸਚਨ ਜ਼ਿਆਦਾਤਰ ਹੈਗਾ ਮੋਸਟਲੀ 2 ਨੰਬਰ ਦੇ ਵਿੱਚ। ਅੱਗੇ ਹੈਗਾ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ। ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਹੁੰਦਾ ਵੀ ਜਿਸ ਰੇਟ ਦੇ ਉੱਪਰ ਤੁਸੀਂ ਜਾ ਕੇ ਕਿਸੇ ਗੁੱਡਸ ਨੂੰ ਸਬਸਟੀਟਿਊਟ ਕਰ ਸਕਦੇ ਹੈਗੇ, ਉਹਨੂੰ ਕਹਿੰਦੇ ਹੈਗੇ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ। ਦੇਖੋ ਮਾਰਜਨਲ ਰੇਟ ਆਫ ਦੇ ਵਿੱਚ ਦੀ ਵਨ ਕਮੋਡਿਟੀ ਕੈਨ ਬੀ ਸਬਸਟੀਟਿਊਟ ਬਾਏ ਦੀ ਅਨਦਰ, ਇਹ ਉਹ ਰੇਟ ਹੁੰਦਾ ਜਦੋਂ ਕੋਈ ਇੱਕ ਕਮੋਡਿਟੀ ਤੁਸੀਂ ਦੂਸਰੀ ਕਮੋਡਿਟੀ ਦੇ ਨਾਲ ਜੀ ਹੈ ਸਬਸਟੀਟਿਊਟ ਕਰ ਸਕਦੇ ਹੋ, ਮਤਲਬ ਕਿ ਉਹਨੂੰ ਚੇਂਜ ਕਰ ਸਕਦੇ ਹੋ, ਉਹਨੂੰ ਕਹਿੰਦੇ ਹੈ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ। ਇਹ ਵੀ ਥੋੜਾ ਜਿਹੜਾ ਕੁਐਸਚਨ ਆਉਂਦਾ 2 ਨੰਬਰ ਦੇ ਵਿੱਚ ਹੀ ਆਉਂਦਾ ਹੈਗਾ। ਇਹਦਾ ਫਾਰਮੂਲਾ ਲਿਖਿਆ ਹੈਗਾ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਇਜ਼ ਇਕੁਅਲ ਟੂ ਚੇਂਜ ਇਨ ਗੁੱਡਸ ਐਕਸ ਚੇਂਜ ਇਨ ਗੁੱਡਸ ਵਾਈ। ਤੁਸੀਂ ਕੋਈ ਗੁੱਡਸ ਨੂੰ ਕਿਸੇ ਨਾਲ ਵੀ ਚੇਂਜ ਕਰਨਾ ਹੈਗਾ ਤਾਂ ਚੇਂਜ ਕਰ ਸਕਦੇ ਹੈਗੇ।